ਪੇਂਡੂ ਚੌਕੀਦਾਰਾਂ ਨੂੰ ਮਜ਼ਦੂਰ ਦਾ ਦਰਜਾ ਦੇ ਕੇ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਸਮੇਤ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਲਾਲ ਝੰਡਾ ਪੇਂਡੂ ਚੌਕੀਦਾਰਾਂ ਯੂਨੀਅਨ ਪੰਜਾਬ ਦੇ ਬੈਨਰ ਹੇਠਾਂ ਸੈਂਕੜੇ ਪੇਂਡੂ ਚੌਕੀਦਾਰਾਂ ਨੇ ਮਾਲ ਮੰਤਰੀ ਸੁਖਵਿੰਦਰ ਸਿੰਘ ਸੁਖਸਰ ਕਾਰਿਆ ਦੀ ਰਿਹਾਇਸ਼ ਅੱਗੇ ਰੋਸ ਵਿਖਾਵਾ ਅਤੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਨਗੁਰਾਜ ਸਿੰਘ, ਚੌਕੀਦਾਰਾਂ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋ ਅਤੇ ਸੀਟੂ ਦੇ ਸੂਬਾਈ ਸਕੱਤਰ ਸੁੱਚਾ ਸਿੰਘ ਰਜਨਾਲਾ ਨੇ ਕਿਹਾ ਕਿ ਪੇਂਡੂ ਚੌਕੀਦਾਰਾਂ ਦਾ ਮਾਨ ਭੱਤਾ 1200 ਰੁਪਏ ਤੋਂ ਵਧਾ ਕੇ ਘੱਟੋ ਘੱਟ 2500 ਰੁਪਏ ਮਹੀਨਾ ਕੀਤਾ ਜਾਵੇ। ਸਾਲ ਵਿੱਚ 2 ਵਰਦੀਆਂ, ਬੂਟ ਅਤੇ ਰਾਤ ਸਮੇਂ ਪਹਿਰਾ ਦੇਣ ਲਈ ਹਲਕਾ ਹਥਿਆਰ ਅਤੇ ਵੱਡੀ ਟੌਰਚ ਦਿੱਤੀ ਜਾਵੇ। ਇਸ ਮੌਕੇ ਦੇ ਨਾਇਬ ਤਹਿਸੀਲਦਾਰ ਅਰਸ਼ਨਾ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ ਗਿਆ। ਨਾਇਬ ਤਹਿਸੀਲਦਾਰ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦਾ ਮੰਗ ਪੱਤਰ DC ਅੰਮ੍ਰਿਤਸਰ ਦੀ ਮਾਰਫਤ ਪੰਜਾਬ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ACP ਨਰਿੰਦਰ ਸਿੰਘ ਸੁਰੱਖਿਆ ਪ੍ਰਬੰਧ ਬਣਾਈ ਰੱਖਣ ਲਈ ਪੁਲਿਸ ਫੋਰਸ ਨਾਲ ਮੌਜੂਦ ਰਹੇ। ਪੇਂਡੂ ਚੌਕੀਦਾਰ ਹੈ, ਇਹਨਾਂ ਨੂੰ ਮਜ਼ਦੂਰ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ। ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ 24 ਘੰਟੇ ਦੇ ਨੌਕਰ ਹੈ ਉਹਨਾਂ ਨੂੰ ਮਿਲ ਕੀ ਰਿਹਾ, ਪਹਿਲਾਂ ਮਿਲਦਾ ਸੀ 800 ਰੁਪਈਆ ਮਹੀਨਾ, ਕਿ ਜਦੋਂ ਤੱਕ ਇਹਨਾਂ ਨੂੰ ਮਜ਼ਦੂਰ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਘੱਟੋ ਘੱਟ ਜੋ ਸਰਕਾਰ ਨੇ ਆਪਣੇ ਮੈਨੀਫੈਸਟੋ 'ਚ 2500 ਰੁਪਈਆ ਕੀਤਾ ਹੋਇਆ ਵਾਇਦਾ ਉਹ ਲਾਗੂ ਕਰਤਾ ਜਾ। ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਇਹਦੇ 'ਤੇ ਅਸੀਂ ਲਾ ਐਂਡ ਆਰਡਰ ਬੜਾ ਜਿਹੜਾ ਮੇਨਟੇਨ ਕਰ ਰਹੇ ਹਾਂ। ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਇਲੀਗਲ ਗੱਲ ਕਰਨ ਦੀ ਜਾਂ ਕੋਈ ਭੰਨ ਤੋੜ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ। ਜਿਹੜਾ ਕੋਈ ਕਾਨੂੰਨ ਨੂੰ ਉਲੰਘਣਾ ਕਰੇਗਾ ਉਹਦੇ ਖਿਲਾਫ਼ ਅਸੀਂ ਬਣਦੀ ਕਾਰਵਾਈ ਕਰਾਂਗੇ। ਅਤੇ ਪ੍ਰਸ਼ਾਸਨ ਵੱਲੋਂ ਜੋ ਹੈਗੀ ਹੈ ਹਦਾਇਤ ਇਹ ਹੈ ਵੀ ਇਹ ਆਪਣਾ ਮੈਮੋਰੈਂਡਮ ਦੇ ਦੇਣ ਅਤੇ ਮੈਮੋਰੈਂਡਮ ਜਿਹੜਾ ਸੰਬੰਧਿਤ ਜਿਹੜਾ ਉਹਦਾ ਭੇਜ ਦਿੱਤਾ ਜਾਏਗਾ। ਦੇਖੋ ਜੀ, ਮੁਤਾਬਕ ਹੁਕਮ ਡੀ ਸਾਹਿਬ, ਅੱਜ ਮੈਂ ਇਹਨਾਂ ਦਾ ਇੱਥੇ ਮੰਗ ਪੱਤਰ ਲੈਣ ਆਈ ਹਾਂ, ਜਿਹਦੇ ਵਿੱਚ ਇਹਨਾਂ ਨੇ ਆਪਣੀਆਂ ਟੋਟਲ 12 ਮੰਗਾਂ ਦਿੱਤੀਆਂ ਨੇ। ਉਹਦੇ ਵਿੱਚ ਆਪਣੀ ਤਨਖਾਹ ਵਧਾਉਣ ਬਾਰੇ ਵੀ ਹੈ ਇਹਨਾਂ ਦਾ, ਅਤੇ ਨਾਲ ਹੀ ਕਿ ਸਾਨੂੰ ਜਿਹੜਾ ਆ ਉਹ ਗੁਜ਼ਾਰਾ ਭੱਤਾ ਵਧਾਇਆ ਜਾਵੇ ਅਤੇ ਸਾਡਾ ਧਿਆਨ ਸਾਨੂੰ ਵਰਦੀਆਂ ਦਿੱਤੀਆਂ ਜਾਣ, ਔਰ ਜੋ ਵੀ ਇਹਨਾਂ ਨੇ ਆਪਣਿਆਂ ਰੱਖਿਆ ਉਹ ਸਾਰਾ ਕੁਝ ਇਹਨਾਂ ਦਾ ਡੀ ਸਾਹਿਬ ਨੂੰ ਪਹੁੰਚਾ ਦਿੱਤਾ ਜਾਵੇਗਾ। ਡੀ ਸਾਹਿਬ ਆਪੇ ਅੱਗੇ ਸਰਕਾਰ ਨੂੰ ਭੇਜਣਗੇ ਜੀ।